ਜਦੋਂ ਤੱਕ ਆ ਰਹੇ ਸੀਗੇ ਜਦੋਂ ਤੱਕ ਜਲੰਧਰੋਂ ਆਏ ਜਲੰਧਰੋਂ ਮੁੜੇ ਉਹ ਇੱਕ ਨੋਰਮਲ ਲਾਈਫ ਚੱਲ ਰਹੀ ਹੈ ਜੋ ਕਿ ਜਿੱਧਰ ਸਾਡੇ ਵੱਲ ਵੀ ਪਾਣੀ ਹੈ ਨੀਗਾ ਅਤੇ ਇੱਕ ਨੋਰਮਲ ਲਾਈਫ ਫਿਰ ਤਾਂ ਤੁਹਾਡਾ ਵਿਰਸਾ ਟੀਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਅਤੇ ਦੋਸਤ ਜੌਲ, ਜਿੱਥੇ ਇੱਕ ਪਾਸੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿੰਗਰ ਗਾਣੇ ਰਿਲੀਜ਼ ਕਰਨ ਵਿੱਚ ਲੱਗੇ ਨੇ ਅਤੇ ਉੱਥੇ ਦੂਜੇ ਪਾਸੇ ਪੰਜਾਬੀ ਸਿੰਗਰ ਤਰਸੇਮ ਜੱਸੜ ਹੜ੍ਹਾਂ ਵਿੱਚ ਫਸੇ ਪੰਜਾਬੀਆਂ ਦੀ ਮਦਦ ਕਰਨ ਵਿੱਚ ਲੱਗੇ ਨੇ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਤਰਸੇਮ ਜੱਸੜ ਦੀ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ। ਅਤੇ ਵੀਡੀਓ ਦੇ ਵਿੱਚ ਤਰਸੇਮ ਜੱਸੜ ਨੇ ਹੜ੍ਹਾਂ ਵਿੱਚ ਫਸੇ ਪੰਜਾਬੀਆਂ ਦੇ ਬਾਰੇ ਕੀ ਕਿਹਾ, ਆਓ ਇੱਕ ਝਲਕ ਮਾਰਦੇ ਹਾਂ ਵੀਡੀਓ ਦੇ ਵੱਲ। ਕਈ ਦਿਨ ਪਹਿਲਾਂ ਤੋਂ ਜਦੋਂ ਦੀਆਂ ਖਬਰਾਂ ਦੇਖਦੇ ਹਾਂ ਵੀ ਪਾਣੀ ਆਇਆ, ਉਦੋਂ ਤੋਂ ਆਪਣੇ ਵੱਲੋਂ ਪੋਸਟ ਪਾ ਕੇ ਸੋਸ਼ਲ ਮੀਡੀਆ 'ਤੇ ਅਤੇ ਆਪਣੇ ਬੰਦਿਆਂ ਨੂੰ ਅਤੇ ਅਮਰਪ੍ਰੀਤ ਭਾਈ ਨਾਲ ਵੀ ਉਦੋਂ ਗੱਲ ਹੋਈ, ਪਤਾ ਤਾਂ ਸੀਗਾ ਸਥਿਤੀ ਦਾ ਵੀ ਕੀ ਹੈ, ਪਰ ਜਦੋਂ ਆਪਾਂ ਐਕਚੁਅਲ 'ਚ ਜਗ੍ਹਾ 'ਤੇ ਆਉਂਦੇ ਹਾਂ ਉਦੋਂ ਪਤਾ ਲੱਗਦਾ ਵੀ ਅਸਲ ਸੱਚਾਈ ਕੀ ਆ, ਰਿਐਲਿਟੀ ਕੀ ਆ, ਹੈ ਨਾ। ਜਦੋਂ ਤੱਕ ਆ ਰਹੇ ਸੀਗੇ ਜਦੋਂ ਤੱਕ ਜਲੰਧਰੋਂ ਆਏ ਜਲੰਧਰੋਂ ਮੁੜੇ ਉਹ ਇੱਕ ਨੋਰਮਲ ਲਾਈਫ ਚੱਲ ਰਹੀ ਹੈ ਜੋ ਕਿ ਜਿੱਧਰ ਸਾਡੇ ਵੱਲ ਵੀ ਪਾਣੀ ਹੈ ਨੀਗਾ ਅਤੇ ਇੱਕ ਨੋਰਮਲ ਲਾਈਫ ਜਿਹੜੀ ਚੱਲ ਰਹੀ ਹੈ ਸਾਰਿਆਂ ਦੀ ਚੱਲ ਰਹੀ ਹੈ, ਪਰ ਇੱਥੇ ਆ ਕੇ ਪਤਾ ਚੱਲਦਾ ਵੀ ਤੁਸੀਂ ਇੱਕ ਨਵਾਂ ਪੰਨਾ ਖੋਲਿਆ ਜਿਹਦੇ ਵਿੱਚ ਡਿਜ਼ਾਸਟਰ ਆ ਪੂਰਾ, ਜਿਹਦੇ ਵਿੱਚ ਜਿਹੜੇ ਏਰੀਏ ਡੈਮੇਜ ਨੇ ਉਹ ਪੂਰੇ ਕ੍ਰਿਟੀਕਲੀ ਡੈਮੇਜ ਨੇ, ਜਿਹੜੇ ਨਹੀਂ ਹੈਗੇ ਉਹ ਜਮ੍ਹਾਂ ਹੀ ਨਹੀਂ ਹੈਗੇ, ਤਾਂ ਕਰਕੇ ਜਿਹਨਾਂ ਦੇ ਨਹੀਂ ਹੈਗੇ ਆਪਾਂ ਉਹ ਇਸ ਸਥਿਤੀ ਨੂੰ ਸਮਝ ਨਹੀਂ ਪਾ ਰਹੇ, ਉਹ ਚੀਜ਼ ਕਰਕੇ ਮੈਨੂੰ ਲੱਗਦਾ ਥੋੜ੍ਹੀ ਅਵੇਅਰਨੈਸ ਦੀ ਘਾਟ ਲਾ ਲਓ ਜਾਂ ਉਹ ਚੀਜ਼ਾਂ ਦੀ ਘਾਟ ਲਾ ਲਓ ਜਾਂ ਜੋ ਹੈਲਪ ਆਪਾਂ ਨੂੰ ਕਰਨੀ ਚਾਹੀਦੀ ਹੈ ਜਿੱਥੇ ਨਹੀਂ ਹੈਗਾ ਕੋਈ ਵੀ ਪ੍ਰਭਾਵ ਇਹ ਚੀਜ਼ ਦਾ, ਜੋ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਸ਼ਾਇਦ ਉਹਨਾਂ ਤੱਕ ਉਹ ਗੱਲ ਕਨਵੇ ਨਹੀਂ ਹੋ ਰਹੀ, ਅਤੇ ਇੱਥੇ ਆ ਕੇ ਪਤਾ ਚੱਲਦਾ। ਅਤੇ ਮੇਰੇ ਵੱਲੋਂ ਇਹੀ ਅਪੀਲ ਆ ਸਾਰਿਆਂ ਨੂੰ ਵੀ ਆਪਾਂ ਸਾਰੇ ਰਲ ਮਿਲ ਕੇ ਜਿੰਨੇ ਕਿ ਜੋਗੇ ਵੀ ਹੈਗੇ ਆ, ਜਿਹੜਾ ਵੀ ਕੋਈ ਹੈਗਾ, ਚਾਹੇ ਕੋਈ ਗਰਾਊਂਡ ਲੈਵਲ 'ਤੇ ਆਪਣੇ ਰਹਿ ਰਹੇ ਆ, ਆਪਣੀ ਛੱਤ 'ਤੇ ਰਹਿ ਰਹੇ ਆ, ਸਾਰੀ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਇੱਕ ਸੰਤੁਲਨ ਆ ਉਹ ਵਿਗੜਿਆ ਹੋਇਆ, ਸਾਰਿਆਂ ਨੂੰ ਅਪੀਲ ਇਹੀ ਆ, ਮੰਨ ਲਓ ਲੌਂਗ ਸਟੋਰੀ ਸ਼ੋਰਟ ਵੀ ਆਪਾਂ ਸਾਰੇ ਜਣੇ ਆਪਣੇ ਭੈਣ ਭਾਈਆਂ ਦੀ ਹੈਲਪ ਕਰੀਏ, ਕਿਸੇ ਵੀ ਵੇ ਨਾ ਕਰੀਏ, ਚਾਹੇ ਉਹ ਗਰਾਊਂਡ ਲੈਵਲ 'ਤੇ ਆ ਕੇ ਕਰੀਏ। ਮੈਂ ਸਾਰਿਆਂ ਨੂੰ ਅਪੀਲ ਕਰਦਾ, ਚਾਹੇ ਕੋਈ ਸਾਡੇ ਕਿੱਤੇ ਨਾਲ ਰਿਲੇਟਡ ਆ, ਚਾਹੇ ਕੋਈ ਇੰਡਸਟਰੀਲਿਸਟ ਆ, ਚਾਹੇ ਕੋਈ ਖੇਤੀਬਾੜੀ ਵਾਲਾ, ਚਾਹੇ ਕੋਈ NRI ਆ, ਐਂਡ ਆਫ ਦਾ ਡੇ ਸਾਰੇ ਪੰਜਾਬੀ ਆ, ਇਸੇ ਪੰਜਾਬ 'ਚੋਂ ਗਏ ਹਾਂ, ਇਸੇ ਪੰਜਾਬ 'ਚ ਰਹਿੰਦੇ ਹਾਂ, ਇਸੇ ਪੰਜਾਬ ਦੇ ਵਿੱਚੋਂ ਹੀ ਉੱਗੀ ਹੋਈ ਕਣਕ ਖਾਂਦੇ ਹਾਂ, ਅਤੇ ਅੱਜ ਸਾਡੇ ਭੈਣ ਭਾਈ ਨੂੰ ਜਿਹਨੂੰ ਲੋੜ ਆ ਸਾਰੇ ਜਣੇ ਰਲ ਮਿਲ ਕੇ ਕਰੀਏ। NRIs ਜਿਹੜੇ ਇਹ ਏਰੀਏ ਦੇ ਵਿੱਚ ਹੈਗੇ ਆ ਉਹ ਆਪਣੇ ਪਿੰਡਾਂ ਦਾ ਖਾਸ ਤੌਰ 'ਤੇ ਖਿਆਲ ਰੱਖਣ, ਹਮੇਸ਼ਾ ਤੁਸੀਂ ਰੱਖਦੇ ਹੋ, ਹੁਣ ਵੀ ਰੱਖੀਏ, ਸਾਰੇ ਜਣੇ ਆਪਣੇ ਵੱਲੋਂ ਜੋ ਤਿਲ ਫੁੱਲ ਹੈਗਾ ਕਰੀਏ। ਖਾਲਸਾ ਐਡ ਹਮੇਸ਼ਾ ਤੋਂ ਕਿਤੇ ਵੀ ਕੋਈ ਕੰਮ ਆਉਂਦਾ ਸਭ ਤੋਂ ਪਹਿਲਾਂ ਪਹੁੰਚਦੇ ਆ, ਹੋਰ ਵੀ ਜਿੰਨੀਆਂ ਸਾਰੀਆਂ NGOs ਕਰ ਰਹੀਆਂ, ਇੰਡੀਵਿਜੁਅਲਸ ਕਰ ਰਹੇ ਆ, ਪਿੰਡਾਂ ਵਾਲੇ ਕਰ ਰਹੇ ਆ, ਚਾਹੇ ਕੋਈ ਵੀ ਸਰਕਾਰੀ ਕਰ ਰਿਹਾ ਚਾਹੇ ਗੈਰ ਸਰਕਾਰੀ ਕਰ ਰਿਹਾ, ਸਾਰਿਆਂ ਨੂੰ ਮੈਂ ਸਲਿਊਟ ਵੀ ਕਰਦਾ ਅਤੇ ਸਾਰਿਆਂ ਨੂੰ ਹੋਰ ਤਨਦੇਹੀ ਨਾਲ ਕੰਮ ਕਰਨਾ ਮੈਂ ਆਪਣੇ